ਆਮ ਆਦਮੀ ਪਾਰਟੀ ਜ਼ਿੰਦਾਬਾਦ। ਆਮ ਆਦਮੀ ਪਾਰਟੀ ਜ਼ਿੰਦਾਬਾਦ। ਰਾਜਦੇਵ ਸਿੰਘ ਮਾਨ ਜ਼ਿੰਦਾਬਾਦ। ਬਲਵੰਤ ਮਾਨ ਜ਼ਿੰਦਾਬਾਦ। ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਸ਼ੁਰੂ ਹੋਈ ਮਾਰਚ ਰੈਲੀ ਅੱਜ ਨਾਭਾ ਵਿੱਚ ਪਹੁੰਚੀ, ਜਿੱਥੇ ਕਿ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਭਰਾ ਕਪਿਲ ਮਾਨ ਅਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੈਕਟਰੀ ਤਜਿੰਦਰ ਸਿੰਘ ਖਹਿਰਾ ਵੀ ਮੌਜੂਦ ਰਹੇ। ਇਸ ਮੌਕੇ ਕਪਿਲ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਖੇਡਾਂ ਵੱਲ ਪੂਰਾ ਧਿਆਨ ਦੇ ਰਹੀ ਹੈ ਅਤੇ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਹਟਾ ਕੇ ਖੇਡਾਂ ਨਾਲ ਜੋੜ ਰਹੀ ਹੈ। ਇਸ ਮੌਕੇ ਤੇ ਲੰਗਰ ਵੀ ਲਗਾਇਆ ਗਿਆ। ਜਤਿੰਦਰ ਕੁਮਾਰ ਦੀ ਰਿਪੋਰਟ। ਤੁਸੀਂ ਇਹ ਖੇਡਾਂ ਬਾਰੇ ਕੀ ਕਹਿਣਾ ਚਾਹੋ? ਜੋ ਖੇਡਾਂ ਵਤਨ ਪੰਜਾਬ ਦੀਆਂ ਤੀਸਰਾ ਰਾਊਂਡ ਚੱਲਿਆ ਜੀ, ਸੀ ਐਮ ਸਾਹਿਬ ਬੜੇ ਜ਼ੋਰਾਂ ਸ਼ੋਰਾਂ ਨਾਲ ਸਪੋਰਟਸ ਨੂੰ ਬੜਾਵਾ ਦੇ ਰਹੇ ਨੇ। ਬਹੁਤ ਇੱਕ ਜਿਹੜੀ ਪ੍ਰੇਰਨਾ ਵੀ ਹੈ ਯੂਥ ਲਈ, ਬਹੁਤ ਚੰਗਾ ਚੱਲ ਰਿਹਾ ਕੰਮ। ਸਾਰੀਆਂ ਚੀਜ਼ਾਂ ਸਪੋਰਟਸ ਬਹੁਤ ਜ਼ਰੂਰੀ ਹੈ ਯੂਥ ਨੂੰ ਨਸ਼ਿਆਂ ਤੋਂ ਦੂਰ ਕਰੇ ਕਰਨ ਲਈ। ਅਤੇ ਇਹ ਜਿਹੜੀ ਮਿਸਾਲ ਹੈ, ਪਿਛਲੀ ਵਾਰੀ ਵੀ ਸਾਡੇ ਆਫਿਸ ਪਹੁੰਚੀ ਸੀ ਅਤੇ ਇਸ ਵਾਰੀ ਵੀ ਅਸੀਂ ਬੜੇ ਸਤਿਕਾਰ ਨਾਲ ਸਾਰੇ ਸਾਡੇ ਜਿਹੜੇ ਵਲੰਟੀਅਰ ਨੇ, ਸਾਡੇ ਉਰੋਂ ਦੇ ਜੋ ਅਹੁਦਾ ਦਰਜਾ ਅਹੁਦੇਦਾਰ ਨੇ, ਉਹ ਸਾਰੇ MLA ਸਾਹਿਬ ਦੇ ਭਰਾ ਸਾਰਿਆਂ ਨੇ ਬੜਾ ਵਧੀਆ ਤਰੀਕੇ ਨਾਲ ਉਹਦਾ ਸਲਾਮੀ ਦਿੱਤੀ ਹੈ ਅਤੇ ਉਹਨੂੰ ਅੱਗੇ ਤੱਕ ਤੋਰਿਆ। ਅੱਜ ਜਿਹੜੀ ਮਿਸਾਲ ਯਾਤਰਾ ਨਿਕਲੀ, ਇਹਦੇ ਬਾਰੇ ਅਸੀਂ ਕੀ ਕਹਿਣਾ ਚਾਹੋਗੇ? ਖੇਡਾਂ ਵਤਨ ਪੰਜਾਬ ਦੀਆਂ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਚਲਾਈ ਗਈ ਜਿਹੜੀ ਮੁਹਿੰਮ ਚਲਾਈ ਗਈ ਹੈ, ਉਹਦਾ ਸੀਜ਼ਨ 3 ਇਸ ਵਕਤ ਚੱਲ ਰਿਹਾ ਜੀ। ਉਹਦੇ ਆਗਾਜ਼ ਕੀਤਾ ਗਿਆ ਅਤੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਅੱਜ ਮਸ਼ਾਲ ਜਿਹੜੀ ਹੈ ਸਟਾਰਟ ਕੀਤੀ ਗਈ ਹੈ ਅਤੇ ਉਹ ਪਟਿਆਲੇ ਤੋਂ ਚੱਲ ਕੇ ਨਾਭੇ ਪਹੁੰਚੀ ਹੈ ਅਤੇ ਸਾਡੀ ਸਾਰੀ ਆਮ ਆਦਮੀ ਪਾਰਟੀ ਟੀਮ ਵੱਲੋਂ, ਸਾਡੇ ਅਹੁਦੇਦਾਰ ਸਰਦਾਰ, ਸਾਰੇ ਵਲੰਟੀਅਰ ਸਾਹਿਬਾਨ ਵੱਲੋਂ ਸਾਰਿਆਂ ਵੱਲੋਂ ਉਸ ਮਸ਼ਾਲ ਦਾ, ਉਸ ਟੀਮ ਦਾ ਸਵਾਗਤ ਕੀਤਾ ਗਿਆ। ਅਤੇ ਸਾਡੇ CM ਭਗਵੰਤ ਮਾਨ ਜੀ, ਸਾਡੇ ਬਹੁਤ ਸਤਿਕਾਰਯੋਗ, ਉਹਨਾਂ ਵੱਲੋਂ ਜਿਹੜਾ ਇਹ ਚਲਾਇਆ ਜਾ ਰਿਹਾ ਖੇਡਾਂ ਵਤਨ ਪੰਜਾਬ ਦੀਆਂ, ਤਾਂ ਕਿ ਨੌਜਵਾਨ ਨੇ ਜਿਹੜੇ ਉਹ ਕੁਰਾਹੇ ਨਾ ਪੈਣ, ਨਸ਼ਿਆਂ ਨੂੰ ਛੱਡ ਕੇ ਖੇਡਾਂ ਵਾਲੇ ਪਾਸੇ ਜੁੜਨ। ਉਹਦੇ ਰੁਝਾਨ ਬਹੁਤ ਵੱਡੇ ਲੈਵਲ 'ਤੇ ਆ ਰਹੇ ਨੇ। 2 ਸੀਜ਼ਨ ਜਿਹੜੇ ਪਹਿਲਾਂ ਹੋਏ ਨੇ ਉਹਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਮੈਡਲ ਜਿੱਤ ਕੇ ਜਿਹੜੇ ਹੈ ਉਹ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈਗਾ। ਅਤੇ ਹੁਣ ਉਹ ਲਗਾਤਾਰ ਉਸ ਮੁਹਿੰਮ ਨੂੰ ਜਿਹੜਾ ਹੁੰਗਾਰਾ ਮਿਲ ਰਿਹਾ, ਇਹ ਖੇਡਾਂ ਵਤਨ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਹੀ ਹੋਣਗੀਆਂ। ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਸਾਡੇ CM ਸਰਦਾਰ ਭਗਵੰਤ ਸਿੰਘ ਜੀ ਮਾਨ, ਉਹਨਾਂ ਵੱਲੋਂ ਵਿਸ਼ੇਸ਼ ਉਪਰਾਲੇ ਹੋ ਰਹੇ ਨੇ ਅਤੇ ਨੌਜਵਾਨ ਜਿਹੜਾ ਹੈ ਖੇਡਾਂ ਦੇ ਨਾਲ ਜੁੜ ਰਿਹਾ ਹੈਗਾ ਅਤੇ ਬਹੁਤ ਇਹ ਵਧੀਆ ਗੱਲ ਹੈ ਸਾਡੇ ਨੌਜਵਾਨਾਂ ਵਾਸਤੇ, ਨੌਜਵਾਨ ਪੀੜ੍ਹੀ ਵਾਸਤੇ। ਅਸੀਂ ਸਾਰੇ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਅਤੇ ਅੱਜ ਨਾਭੇ ਮਿਸਾਲ ਪਹੁੰਚੀ ਆ, ਸਾਰੀ ਟੀਮ ਨੇ ਸਾਡੀ ਨੇ ਸਵਾਗਤ ਕੀਤਾ ਹੈਗਾ। MLA ਸਾਹਿਬ ਕਿਤੇ ਬਾਹਰ ਸੀਗੇ, ਉਹ ਵੀ ਇਸ ਦੇ ਵਿੱਚ ਆ ਕੇ ਸ਼ਾਮਿਲ ਹੋਣਗੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਕੀ ਕਹਿਣਾ ਚਾਹੋਗੇ ਖੇਡਾਂ ਬਾਰੇ? ਬਹੁਤ ਵਧੀਆ ਜੀ। ਦੇਖੋ, ਜਿਹੜਾ ਆਪਾਂ ਪੰਜਾਬ ਸਰਕਾਰ ਦੇ ਉਪਰਾਲੇ ਜਿਹੜੇ ਚੱਲ ਰਹੇ ਨੇ ਖੇਡਾਂ ਪ੍ਰਤੀ, ਖੇਡਾਂ ਵਤਨ ਪੰਜਾਬ ਦੀਆਂ, ਜਿਹੜਾ ਕਿ ਪਿਛਲੇ ਵਾਰ ਵੀ, ਉਸ ਤੋਂ ਪਹਿਲਾਂ ਵੀ ਆਪਾਂ ਦੇਖਦੇ ਆਏ ਹਾਂ, ਬਹੁਤ ਵਧੀਆ ਢੰਗ ਨਾਲ ਜਿਹੜਾ ਨਾਭੇ ਸ਼ਹਿਰ ਦੇ ਵਿੱਚ ਅੱਜ ਮਿਸਾਲ ਪਹੁੰਚੀ ਹੈ ਅਤੇ ਸਾਰੇ ਸਾਡੇ MC ਸਾਹਿਬਾਨ ਅਤੇ ਸਾਡੇ MLA ਸਾਹਿਬ ਦੇ ਭਾਈ ਸਾਹਿਬ ਕਪਿਲ ਮਾਨ ਜੀ ਸਾਰਿਆਂ ਨੇ ਵੱਧ ਚੜ੍ਹ ਕੇ ਇਹਦੇ 'ਚ ਹਿੱਸਾ ਲਿੱਤਾ ਔਰ ਇਹਨੂੰ ਅੱਗੇ ਰਵਾਨਾ ਕੀਤਾ। ਬਹੁਤ ਬਹੁਤ ਧੰਨਵਾਦ। ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੋਗੇ ਖੇਡਾਂ ਬਾਰੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜਿਹੜਾ ਇਹ CM ਸਾਹਿਬ ਨੇ ਮੁਹਿੰਮ ਚਲਾਈ ਹੈ ਜਦੋਂ ਦੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ, ਅਤੇ ਉਹਨਾਂ ਦਾ ਖੇਡਾਂ ਪ੍ਰਤੀ ਬਹੁਤ ਜ਼ਿਆਦਾ ਰੁਝਾਨ ਹੈ ਅਤੇ ਉਹ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ। ਜਿਹੜੇ ਪੰਜਾਬ ਦੇ ਨੌਜਵਾਨ ਨੇ, ਜਿਹੜਾ ਗੱਲ ਚੱਲ ਰਹੀ ਆ ਵੀ ਨਸ਼ਿਆਂ 'ਚ ਬਹੁਤ ਜ਼ਿਆਦਾ ਜਾ ਰਹੇ ਨੇ, ਨੌਜਵਾਨ ਉੱਥੋਂ ਵਾਪਸ ਮੁੜ ਰਹੇ ਨੇ, ਖੇਡਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਬਣ ਰਿਹਾ। ਅੱਜ ਸਾਡੇ ਮਿਸਾਲ ਆ ਜਿਹੜੀ ਨਾਭੇ ਹਲਕੇ ਦੇ ਵਿੱਚ ਪਹੁੰਚੀ ਆ, MLA ਸਾਹਿਬ ਦੇ ਬ੍ਰਦਰ ਉਹਨਾਂ ਨੇ ਅਗਵਾਈ ਦਿੱਤੀ ਆ, ਅਸੀਂ ਉਹਨਾਂ ਦਾ ਵੈਲਕਮ ਕੀਤਾ ਸਾਰੀ ਟੀਮ ਨੇ, ਨਾਭਾ ਦੀ ਨੇ। ਅਤੇ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੰਜਾਬ ਆ ਉਹ ਸਾਰਾ ਪੰਜਾਬ ਆਪਾਂ ਨੂੰ ਖੇਡਦਾ ਨਜ਼ਰ ਆਊਗਾ ਅਤੇ ਪੰਜਾਬ ਦੇ ਵਿੱਚੋਂ ਵੱਧ ਤੋਂ ਵੱਧ ਜਿਹੜੇ ਓਲੰਪਿਕਸ ਦੇ ਵਿੱਚ ਜਿਹੜੇ ਪਲੇਅਰ ਜਾਣਗੇ ਆਪਣੇ ਇੱਥੋਂ ਨਿਕਲ ਕੇ, ਪੰਜਾਬ ਦੀ ਜਿਹੜੀ ਦਿਸ਼ਾ ਬਦਲ ਗਈ ਉਹਦੇ ਵੱਲ ਮੂਵਮੈਂਟ ਹੋ ਰਹੀ ਆ, ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਸਾਥ ਹੋ ਰਹੇ ਨੇ ਅਤੇ ਇਹ ਮੁਹਿੰਮ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੱਧ ਚੜ੍ਹ ਕੇ ਉਤਸ਼ਾਹ
ਨਾਲ ਜਿਹੜਾ ਯੋਗਦਾਨ ਪਾ ਰਹੇ ਨੇ ਅਤੇ ਉਹਦੇ ਵਿੱਚ ਹਿੱਸਾ ਵੀ ਲੈ ਰਹੇ ਨੇ। ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਨਸ਼ਿਆਂ ਦੇ ਪ੍ਰਤੀ? ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਵੀ ਆਪਣੇ ਜਿਹੜੇ ਨਸ਼ੇ ਨੇ ਉਹਦੇ ਨਾਲ ਆਪਣੀ ਸਾਰੀ ਜ਼ਿੰਦਗੀ ਆਪਣੀ ਤਾਂ ਬਰਬਾਦ ਹੁੰਦੀ ਆ, ਨਾਲ ਆਪਣੇ ਪਰਿਵਾਰ ਦੀ ਅਤੇ ਆਪਣੀਆਂ ਪੀੜ੍ਹੀਆਂ ਦੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਅਤੇ ਇਹਨਾਂ ਨੂੰ ਛੱਡ ਕੇ ਵੱਧ ਤੋਂ ਵੱਧ ਆਓ, ਆਪਾਂ ਇਕੱਠੇ ਹੋ ਕੇ ਆਪਣੇ ਜਿਹੜੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲਈਏ ਅਤੇ ਆਪਣੇ ਪੰਜਾਬ ਨੂੰ ਜਿਹੜਾ ਮੁੜ ਖੁਸ਼ਹਾਲ ਬਣਾਈਏ। ਅਤੇ ਸੀਐਮ ਸਾਹਿਬ ਅਤੇ ਸਾਡੇ MLA ਸਾਹਿਬ ਨਾਭਾ ਦੇ ਮਾਨ ਜੀ ਹੈ ਨਾ, ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ ਖੇਡਾਂ ਪ੍ਰਤੀ, ਅਤੇ ਆਪਾਂ ਉਹਨਾਂ ਦਾ ਸਾਥ ਦਈਏ ਡਟ ਕੇ, ਅਤੇ ਆਪਾਂ ਵੱਧ ਤੋਂ ਵੱਧ ਜਿਹੜੇ ਨਸ਼ੇ ਨੇ ਜਿਹੜੇ ਉਹਨਾਂ ਤੋਂ ਦੂਰ ਰਹੀਏ ਅਤੇ ਨਸ਼ੇ ਨੂੰ ਬਿਲਕੁਲ ਆਪਾਂ ਖਤਮ ਕਰੀਏ। ਚੇਅਰਮੈਨ ਸਾਹਿਬ, ਅੱਜ ਜਨਮ ਅਸ਼ਟਮੀ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ? ਸਰ, ਜਨਮ ਅਸ਼ਟਮੀ ਦੀਆਂ ਪੂਰੇ ਜਿਹੜਾ ਪੂਰੇ ਦੇਸ਼ਾਂ ਵਿਦੇਸ਼ਾਂ ਅਤੇ ਹਿੰਦੁਸਤਾਨ 'ਚ ਵੀ ਮਨਾਈ ਜਾ ਰਹੀ ਹੈ, ਅਤੇ ਅਸੀਂ ਸਾਰਿਆਂ ਨੂੰ ਇਸ ਦਿਨ 'ਤੇ ਮੁਬਾਰਕਬਾਦ ਦੇ ਰਹੇ ਹਾਂ। ਦੂਜੇ ਪਾਸੇ ਸਾਡੀਆਂ ਖੇਡਾਂ, ਪੰਜਾਬ ਦੀਆਂ ਖੇਡਾਂ ਵਤਨ ਦੀਆਂ ਹੋਣ ਜਾ ਰਹੀਆਂ, ਉਹਦੇ ਸੰਬੰਧ 'ਚ ਜਿਹੜੀ ਅੱਜ ਇੱਥੇ ਉਹ ਆ ਰਹੀ ਆ, ਮਿਸਾਲ ਆ ਰਹੀ ਹੈ ਜੀ, ਮਿਸਾਲ ਜੋਤੀ ਆ ਰਹੀ ਆ, ਉਹ ਮਿਸਾਲ ਦੇ ਵਿੱਚ ਜਿਹੜਾ ਸਾਡੇ ਜਿਹੜੇ ਨੌਜਵਾਨ ਔਰ ਖਾਸ ਕਰ ਜਿਹੜੇ ਸਾਡੇ ਜਿਹੜੇ ਬੱਚੇ ਆਉਣ ਵਾਲੀ ਪੀੜ੍ਹੀ ਆ, ਉਹ ਇਹਦੇ 'ਚ ਹਿੱਸਾ ਲੈ ਰਹੀ ਹੈ ਜੀ। ਉਹ ਪੂਰੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਮਿਸਾਲ ਲੈ ਕੇ ਜਾਊਗੀ ਵੱਖ ਵੱਖ ਸ਼ਹਿਰਾਂ। ਅੱਜ ਪਟਿਆਲੇ ਤੋਂ ਚੱਲੇ ਹਾਂ ਜੀ, ਇੱਥੇ ਅਸੀਂ ਉਹਨਾਂ ਦਾ ਸਾਰਾ ਅਪਰੂਵਰ ਟਰੱਸਟ ਅਤੇ ਹੋਰ ਮੇਰੇ ਜਿਹੜੇ ਸਾਥੀ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਇੱਥੇ ਜਿਹੜੇ ਆ ਉਹਨਾਂ ਦਾ ਪੂਰਜ਼ੋਰ ਸਵਾਗਤ ਕਰ ਰਹੇ ਹਾਂ, ਠੀਕ ਹੈ ਜੀ। ਔਰ ਇੱਥੇ ਅਸੀਂ ਉਹਨਾਂ 'ਤੇ ਫੁੱਲਾਂ ਦੀ ਵਰਸ਼ਾ, ਪਾਣੀ ਅਤੇ ਹੋਰ ਜਿਹੜਾ ਫਰੂਟ ਦਾ ਪ੍ਰਬੰਧ ਕੀਤਾ। ਇੱਕ ਥਾਂ 'ਤੇ ਅਸੀਂ ਜਿਹੜਾ ਦੁੱਧ ਦਾ ਪ੍ਰਬੰਧ ਵੀ ਕੀਤਾ ਨੌਜਵਾਨਾਂ ਲਈ। ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ, ਉਹਦਾ ਜਿਹੜਾ ਮੁੱਖ ਮਕਸਦ ਆ, ਉਹ ਜਿਹੜਾ ਅੱਜ ਜੋ ਪਿਛਲੇ ਸਮੇਂ 'ਚ ਜਿਹੜਾ ਪੰਜਾਬ ਨੂੰ ਇੱਕ ਹਰਿਆ ਭਰਿਆ ਖੁਸ਼ਹਾਲ ਸੂਬਾ ਬਣਾਉਣਾ ਹੈ, ਰੰਗਲਾ ਸੂਬਾ ਬਣਾਉਣਾ ਹੈ, ਉਹਦੇ 'ਚ ਖੇਡਾਂ ਦਾ ਬਹੁਤ ਵੱਡਾ ਸਥਾਨ ਆ। ਅਸੀਂ ਜਿਹੜੀ ਪੰਜਾਬ ਦੀ ਨੌਜਵਾਨੀ ਆ, ਅਸੀਂ ਉਹਨਾਂ ਨੂੰ ਖੇਡਾਂ ਪ੍ਰਤੀ ਜਿਹੜਾ ਪ੍ਰੇਰਿਤ ਕਰਕੇ ਜਿਹੜਾ ਅਸੀਂ ਉਹਨਾਂ ਨੂੰ ਗਰਾਊਂਡ ਵੱਲ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ, ਉਹ ਸੰਬੰਧ 'ਚ ਅੱਜ ਪੰਜਾਬ ਦੇ ਵਿੱਚ ਜਿਹੜੀ ਮਿਸਾਲ ਜੋਤੀ ਆ, ਇੱਕ ਸਾਡੇ ਖੇਡਾਂ ਦਾ ਪ੍ਰਤੀਕ ਆ, ਇੱਕ ਇਹ ਵੱਖ ਵੱਖ ਉਹਦੇ ਆ ਸ਼ਹਿਰਾਂ ਦੇ ਵਿੱਚ ਜਾਊਗੀ, ਔਰ ਇੱਕ ਜਿਹੜਾ ਉਹ ਸੁਨੇਹਾ ਦੇਊਗੀ ਨੌਜਵਾਨਾਂ ਨੂੰ ਕਿ ਆ ਜਾਓ ਨਸ਼ੇ ਤਿਆਗੋ ਔਰ ਆ ਜਾਓ ਆਪਾਂ ਖੇਡਾਂ ਵੱਲ ਨੂੰ ਤੁਰੀਏ। ਪੰਜਾਬ ਅੱਜ ਜਿਹੜਾ ਕਈ ਵਾਰ ਸਾਡੇ ਠੀਕ ਆ ਵੀ ਗਿਰਿਆ ਵੀ ਆ, ਆਪਣੇ ਪੈਰਾਂ 'ਤੇ ਵੀ ਖੜ੍ਹਾ ਹੋਇਆ। ਪੰਜਾਬ ਅੱਜ ਮੁੜ ਤੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਜਿਹੜਾ ਉਹ ਮੁੜ ਕੇ ਜਿਹੜਾ ਇੱਕ ਰੰਗਲੇ ਪੰਜਾਬ ਵੱਲ ਨੂੰ ਤੁਰਿਆ, ਜੇ ਹਰ ਖੇਤਰ 'ਚ ਹੋਵੇ, ਚਾਹੇ ਨੌਕਰੀਆਂ ਦੇ ਖੇਤਰ 'ਚ ਆ, ਜੇ ਅੱਜ ਪਾਣੀ ਦੇ ਖੇਤਰ 'ਚ ਆ, ਪੰਜਾਬ ਆਪਣੇ ਪੈਰਾਂ 'ਤੇ ਖੜ੍ਹਾ ਹੋ ਰਿਹਾ, ਬਿਜਲੀ ਦੇ ਖੇਤਰ 'ਚ ਖੜ੍ਹਾ ਹੋ ਰਿਹਾ। ਅੱਜ ਅਸੀਂ ਇਸ ਦਿਨ 'ਤੇ ਜਿਹੜੀ ਆ, ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੀ ਜਵਾਨੀ ਆ ਖਾਸ ਕਰ ਪੰਜਾਬ ਦੀ, ਉਹਨੂੰ ਖੇਡਾਂ ਵੱਲ ਜਿਹੜਾ ਲੈ ਕੇ ਜਾਵਾਂਗੇ, ਪ੍ਰੇਰਿਤ ਕਰਾਂਗੇ ਔਰ ਇਹਦੇ ਵੱਲ ਜਾ ਰਹੇ ਹਾਂ। ਅੱਜ ਜਿਹੜੇ ਦੇਖੋ ਤੁਸੀਂ ਬੱਚੇ ਆ ਨੌਜਵਾਨ ਔਰ ਨਾਲ ਬੱਚੇ ਜਿਹੜੇ ਆ, ਇਹ ਦੇਖੋ ਜੀ ਇਹ ਖੇਡਾਂ 'ਚ ਹਿੱਸਾ ਲੈਂਦੇ ਆ, ਇਹ ਪਿਛਲੇ ਸਮੇਂ 'ਚ ਜਿਹੜਾ ਗਰਾਊਂਡ 'ਚ ਆਉਣ ਲੱਗੇ ਆ, ਔਰ ਮੇਰਾ ਖਿਆਲ ਆਉਣ ਦਾ ਜੇ ਦੇਖਿਆ ਜਾਵੇ ਆਉਣ ਵਾਲੇ ਸਮੇਂ 'ਚ ਇਹ ਪੰਜਾਬ ਦਾ ਭਵਿੱਖ ਨੇ। ਇਹ ਕੁੜੀ ਸਾਡੀ ਕ੍ਰਿਕਟ ਦੀ ਬੇਟੇ ਕਿੱਥੇ ਤੱਕ ਖੇਲਿਆ ਤੁਸੀਂ? ਸਟੇਟ ਤੱਕ ਖੇਲੀ। ਔਰ ਇੱਦਾਂ ਹੀ ਜਿਹੜੇ ਸਾਡੇ ਬੱਚੇ ਆ ਆਉਣ ਵਾਲੇ ਸਮੇਂ 'ਚ ਜਿਹੜੀ ਆ ਖੇਡਾਂ ਪ੍ਰਤੀ ਰੁਚੀ ਜਿਹੜੀ ਬਣਾਉਣਗੇ, ਔਰ ਪੰਜਾਬ ਆ ਜਿਹੜਾ ਉਹ ਹਰਿਆ ਭਰਿਆ ਔਰ ਖੇਡਾਂ 'ਚ ਮੋਹਰੀ ਹੋਊਗਾ। ਅੱਜ ਦੇ ਦਿਨ 'ਤੇ ਅਸੀਂ ਜਿਹੜਾ ਇਹਦਾ ਤਹੀਆ ਵੀ ਕਰਦੇ ਹਾਂ ਔਰ ਇੱਕ ਪੰਜਾਬੀ ਕਸਮ ਵੀ ਖਾਂਦੇ ਹਾਂ, ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀ ਇਹ ਨੌਜਵਾਨ ਨੇ ਪੰਜਾਬ ਦੀ ਤਸਵੀਰ ਨੂੰ ਬਦਲਾਂਗੇ। ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੋਗੇ? ਬੱਚਿਆਂ ਵਾਸਤੇ ਜਿਹੜਾ ਪਾਣੀ ਵਾਸਤਾ ਵੀ ਆ,
ਸਾਰੇ ਨਾਭਾ ਨਿਵਾਸੀਆਂ ਇਲਾਕਾ ਨਿਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ। ਪੰਜਾਬ ਸਰਕਾਰ ਵੱਲੋਂ ਨੌਜਵਾਨੀ ਨੂੰ ਸਿੱਧਾ ਬਲ ਪ੍ਰੇਰਿਤ ਕਰਨ ਅਤੇ ਨਸ਼ਾ ਤੋਂ ਹਟਾਉਣ ਲਈ ਜਿਹੜਾ ਪਿਛਲੇ 3 ਸਾਲਾਂ ਤੋਂ ਭਗਵੰਤ ਮਾਨ ਜੀ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਖੇਡਾਂ ਵਤਨ ਦੀਆਂ, ਉਹ ਇਸ ਸਾਲ ਵੀ ਖੇਡਾਂ ਸ਼ੁਰੂ ਹੋ ਰਹੀਆਂ ਨੇ ਅਤੇ ਅੱਜ ਉਹਨਾਂ ਖੇਡਾਂ ਦੀ ਜਿਹੜੀ ਮਿਸਾਲ ਹੈ ਇੱਥੇ ਨਾਭਾ ਦੇ ਸ਼ਹਿਰ ਦੇ ਵਿੱਚ ਪਹੁੰਚ ਗਈ ਅਤੇ ਇਹ ਜੋ ਲੁਧਿਆਣੇ ਜਾਣਾ ਜਿੱਥੋਂ ਦੇ ਉੱਥੇ ਵੀ ਖੇਡਾਂ ਸਾਰੀਆਂ ਹੋ ਰਹੀਆਂ। ਅਸੀਂ ਸਾਡੇ ਮਿਸਾਲ ਦਾ ਜਿਹੜਾ ਸਵਾਗਤ ਕਰਨ ਵਾਸਤੇ ਆਏ ਹਾਂ ਅਤੇ ਸਾਰੇ ਸੱਜਣਾਂ ਨੂੰ ਬੇਨਤੀ ਹੈ ਵੀ ਇਹ ਖੇਡਾਂ ਦੇ ਵਿੱਚ ਆਪਣਾ ਪਾਰਟੀਸਪੇਟ ਕਰਨ, ਕਿਉਂਕਿ ਖੇਡਾਂ ਬਹੁਤ ਜ਼ਰੂਰੀ ਹੈ। ਅੱਜ ਬਹੁਤ ਸਮੇਂ ਦੀ ਲੋੜ ਹੈ ਵੀ ਨੌਜਵਾਨਾਂ ਨੂੰ ਆਪਾਂ ਨਸ਼ੇ ਵਾਲੇ ਪਾਸੇ ਉਠਾ ਕੇ ਖੇਡਾਂ ਪਾਸੇ ਲੈ ਜਾਈਏ। ਬਹੁਤ ਬਹੁਤ ਹਰਸ਼ੀਤਾ ਲੜਵਾਲ ਕਿਹੜੇ ਸਕੂਲ 'ਚੋਂ ਬੁਲਾਉਂ? ਗੌਰਮੈਂਟ ਮਾਡਲ ਹਾਈ ਸਕੂਲ ਨਾਭਾ। ਖੇਡਾਂ ਕਿਹੜੀ ਖੇਡਾਂ ਦੇ ਵਿੱਚ ਤੁਸੀਂ ਕਿੱਥੇ ਤੱਕ ਖੇਡੇ ਹੋ? ਸਟੇਟ ਲੈਵਲ ਤੱਕ। ਸਟੇਟ ਲੈਵਲ ਤੱਕ ਇਹ ਮੈਡਲ ਕਿਹੜਾ ਜਿੱਤ ਕੇ ਆਏ? ਗੋਲਡ ਮੈਡਲ। ਗੋਲਡ ਮੈਡਲ। ਤੁਸੀਂ ਆਪਣੇ ਨਾਲ ਦੇ ਬੱਚਿਆਂ ਨੂੰ ਜਾਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਵੀ ਖੇਡਾਂ 'ਚ ਹਿੱਸਾ ਲਓ, ਇਹ ਬਹੁਤ ਵਧੀਆ ਹੁੰਦਾ ਹੈਗਾ। ਕੀ ਕਹਿਣਾ ਚਾਹੋਗੇ ਜੀ? ਅੱਜ ਮੈਂ ਆਰਪੀਐਸ ਮਰੌੜ ਦਾ ਪ੍ਰਧਾਨ ਹਾਂ ਜੀ। ਇਸ ਹੋਣ ਦੇ ਨਾਤੇ ਮੈਂ ਚਾਹੁੰਦਾ ਵੀ ਜੋ ਪੰਜਾਬ ਸਰਕਾਰ ਨੇ, ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਉਪਰਾਲਾ ਕੀਤਾ ਹੈ ਖੇਡਾਂ ਵਤਨ ਪੰਜਾਬ ਦੀਆਂ, ਬੱਚਿਆਂ ਨੂੰ ਉਹ ਉਤਸ਼ਾਹਿਤ ਕੀਤਾ ਹੈ, ਇਹਦੇ ਬਾਬਤ ਜੋ ਪ੍ਰੋਗਰਾਮ ਕੀਤਾ ਬਹੁਤ ਵਧੀਆ ਕੀਤਾ ਅਤੇ ਇਸ ਨਾਲ ਸਾਡੇ ਬੱਚੇ ਨਸ਼ੇ ਤੋਂ ਰਹਿਤ ਰਹਿਣਗੇ ਅਤੇ ਸਿਹਤਮੰਦ ਪੰਜਾਬ ਬਣਾਉਣਗੇ। ਮਿਸਾਲ ਯਾਤਰਾ ਜੋ ਅੱਜ ਮਿਸਾਲ ਯਾਤਰਾ ਆ ਰਹੀ ਹੈ, ਸਾਡੇ ਚੇਅਰਮੈਨ ਸਾਹਿਬ ਦੀ ਅਗਵਾਈ ਦੇ ਵਿੱਚ, ਜੋ ਕਿ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਵੀ ਰਹਿੰਦਾ ਹੈ ਅਤੇ ਸਵਾਗਤ ਵੀ ਕਰਦੇ ਰਹਿੰਦੇ ਨੇ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.